ਵਿਦਿਆਰਥੀਆਂ ਨੇ ਮਹਾ ਡਿਬੇਟ ਨੂੰ ਲੈ ਕੇ ਸਵਾਲ ਚੁੱਕੇ ਨੇ ਕਿ ਆ ਯੂਨੀਵਰਸਿਟੀ ਨੂੰ ਪੁਲਿਸ ਸ਼ੌਣੀ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਬੀਜੇਪੀ ਪ੍ਰਧਾਨ ਜਾਖੜ ਨਾਲ ਨਹੀਂ ਹੋਈ ਉਹਨਾਂ ਦੀ ਮੁਲਾਕਾਤ ਸੀਐਮ ਮਾਨ ਤੋਂ ਵੀ ਉਹਨਾਂ ਨੇ ਮੁਲਾਕਾਤ ਦਾ ਸਮਾਂ ਮੰਗਿਆ ਸੀ ਦੱਸ ਦਈਏ ਕਿ ਲੁਧਿਆਣਾ ਦੇ ਪੰਜਾਬ ਯੂਨੀਵਰਸਿਟੀ ਦੇ ਮਨਮੋਹਨ ਆਡੀਟੋਰੀਅਮ ਦੇ ਵਿੱਚ 1 ਨਵੰਬਰ ਨੂੰ ਹੋਣ ਵਾਲੀ ਮਹਾ ਡਿਬੇਟ ਤੇ ਹੁਣ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ सवाल खड़े किए ने क्या यूनिवर्सिटी को पुलिस छाउणी विच तब्दील किया गया। इस तो इलावा उन्होंने कहा कि यह डिबेट की कोई भी है जो मायने नहीं हैं। विद्यार्थियों ने कहा पंजाब दे विच अनेक मुद्दे ने जो इस वक्त गंभीर समस्या बने हुए ने ते हर मुद्दे ते गल जरूर होनी चाहिए है, पर उन्होंने ये जरूर कहा कि इस महा डिबेट का जोड़ा ज़्यादा कोई भी फर्क वेखन नहीं मिलेगा। उन्होंने कहा जेकर आम आदमी पार्टी की सरकार ने चोणों तो पहला ਸਾਡੇ ਨਾਲ ਜੋ ਵਾਅਦੇ ਕੀਤੇ ਸੀ ਉਹ ਹੁਣ ਤੱਕ ਪੂਰੇ ਨਹੀਂ ਹੋਏ। ਉਹਨਾਂ ਕਿਹਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਪੂਰਾ ਛਾਉਣੀ ਦੇ ਵਿੱਚ ਬਦਲ ਦਿੱਤਾ ਗਿਆ ਤੇ ਬੀਤੇ ਦਿਨੀ ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਸੀ ਕਿ ਉਹਨਾਂ ਦੀ ਮੁਲਾਕਾਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨਾਲ ਹੋਈ ਹੈ ਜਿਸ ਨੂੰ ਵਿਦਿਆਰਥੀਆਂ ਨੇ ਨਕਾਰ ਦਿੱਤਾ। ਉਹਨਾਂ ਕਿਹਾ ਕਿ ਉਹਨਾਂ ਦੀ ਕੋਈ ਵੀ ਮੁਲਾਕਾਤ ਨਹੀਂ ਹੋਈ। ਉਹਨਾਂ ਨੇ ਇੱਕ ਮੰਗ ਜ਼ਰੂਰ ਰੱਖੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਉਹਨਾਂ ਨਾਲ ਜ਼ਰੂਰ 5 ਤੋਂ 10 ਮਿੰਟ ਤੱਕ ਗੱਲਬਾਤ ਕਰਨ ਤਾਂ ਕਿ ਉਹ ਆਪਣੇ ਮੁੱਦੇ ਵੀ ਉਹਨਾਂ ਤੱਕ ਪਹੁੰਚਾ ਸਕਣ। ਦੇਖੋ ਜੀ, ਜਿਵੇਂ ਸਾਡੀਆਂ ਮੁੱਖ ਮੰਗਾਂ, ਮਾਣਯੋਗ ਮੁੱਖ ਮੰਤਰੀ ਜੀ ਨੇ ਵੋਟਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਖੇਤਾਂ ਦੇ ਮਾਸਟਰਾਂ ਤੇ ਸਕੂਲਾਂ ਦੇ ਵਿੱਚ ਖੇਤੀਬਾੜੀ ਵਿਸ਼ੇ ਦੇ ਟੀਚਰਾਂ ਦੀ ਭਰਤੀ ਸੰਬੰਧੀ, ਇਹ ਦੋ ਸਾਡੀਆਂ ਮੁੱਖ ਮੰਗਾਂ ਨੇ। ਹਾਂ, ਜੋ 1 ਨਵੰਬਰ ਨੂੰ ਕੱਲ ਨੂੰ ਡਿਬੇਟ ਹੋਣ ਜਾ ਰਹੀ ਹੈ, ਪਰ ਅਸੀਂ ਫਿਲਹਾਲ ਆਪਣੀ ਆਵਾਜ਼ ਜਾਰੀ ਰੱਖਾਂਗੇ, ਸੰਘਰਸ਼ ਜਾਰੀ ਰੱਖਾਂਗੇ, ਪਰ ਅਸੀਂ ਬਿਲਕੁਲ ਪੀਸਫੁਲੀ ਤਰੀਕੇ ਨਾਲ, ਸ਼ਾਂਤਮਈ ਤਰੀਕੇ ਨਾਲ ਬੈਠਾਂਗੇ। ਜਿੱਥੇ ਸਾਨੂੰ ਜਗ੍ਹਾ ਮਿਲੂਗੀ ਅਸੀਂ ਉੱਥੇ ਬੈਠ ਕੇ ਆਪਦੀ ਆਵਾਜ਼ ਬੁਲੰਦ ਕਰਾਂਗੇ। ਮਾਣਯੋਗ ਮੁੱਖ ਮੰਤਰੀ ਜੀ PAU ਦੇ ਵਿੱਚ ਆ ਰਹੇ ਆ, ਪਹਿਲਾਂ ਉੱਥੋਂ ਦੇ ਵਿਦਿਆਰਥੀਆਂ ਦੀ ਗੱਲ ਸੁਣਨੀ ਚਾਹੀਦੀ ਹੈ। ਮਾਣਯੋਗ ਮੁੱਖ ਮੰਤਰੀ ਜੀ, ਪਹਿਲੀ ਗੱਲ ਤਾਂ ਮੈਂ ਇਹ ਕਲੀਅਰ ਕਰ ਦੇਵਾਂ ਵੀ ਸੁਨੀਲ ਜਾਖੜ ਜੀ ਨੇ ਜਿਹੜਾ ਬਿਆਨ ਦਿੱਤਾ ਉਹ ਇੱਕ ਚਲੋ ਵੱਡੇ ਸਿਆਸਤਦਾਨ ਨੇ, ਪਤਾ ਨਹੀਂ ਉਹਨਾਂ ਦੇ ਕੀ ਸੋਰਸ ਨੇ ਜਾਂ ਉਹਨਾਂ ਨੂੰ ਕਿੱਥੋਂ ਜਾਣਕਾਰੀ ਮਿਲੀ ਆ। ਸੋ ਸਾਡਾ ਕਿਸੇ ਕੋਈ ਸਿਆਸੀ ਪਾਰਟੀ ਨਾਲ ਕੋਈ ਲੈਣ ਦੇਣ ਨਹੀਂ ਗਾ, ਨਾ ਸਾਡੀ ਉਹਨਾਂ ਨਾਲ ਪਰਸਨਲੀ ਕੋਈ ਗੱਲ ਹੋਈ ਆ। ਪਰ ਜੇ ਸਰਕਾਰ, ਜੇ ਉਹਨਾਂ ਦੀ ਜਿਹੜੀ ਜਾਣਕਾਰੀ ਆ, ਜੇ ਉਹਨਾਂ ਨੂੰ ਕਿਤੋਂ ਸੋਰਸ ਤੋਂ ਪਤਾ ਲੱਗਿਆ ਵੀ ਸਰਕਾਰ ਸਾਨੂੰ ਨਜ਼ਰਬੰਦ ਕਰੂਗੀ। ਪਰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਸਾਡਾ ਕੋਈ ਉਹ ਮਕਸਦ ਨਹੀਂ ਹੁੱਲੜਬਾਜ਼ੀ ਕਰਨ ਦਾ, ਅਸੀਂ ਇੱਕ ਸ਼ਾਂਤਮਈ ਤਰੀਕੇ ਨਾਲ 40 ਤੋਂ 50 ਜਣਿਆਂ ਦੀ ਗਿਣਤੀ 'ਚ ਸਿਰਫ ਬਵਾਂਗੇ, ਬਾਕੀ ਸਾਡੇ ਜਿਹੜੇ ਸਾਥੀ ਨੇ ਹੋਸਟਲਾਂ 'ਚ ਬਹਿਣਗੇ। ਅਸੀਂ ਕੋਈ ਵੱਡਾ ਇਕੱਠ ਨਹੀਂ ਕਰਨਾ, ਅਸੀਂ ਬਵਾਂਗੇ ਸਿਰਫ ਤਾਂ ਕਰਕੇ ਵੀ ਉਹ ਸਾਡੇ ਕੋਲ ਆ ਕੇ ਮੁੱਖ ਮੰਤਰੀ ਸਾਹਿਬ ਨੇ ਜਿਹੜੇ ਕਹਿੰਦੇ ਸੀ ਵੀ ਮੈਂ ਤੁਹਾਡੇ ਵਰਗਾ ਤੁਹਾਡੇ ਘਰਾਂ 'ਚੋਂ ਇੱਕ ਆਮ ਇਨਸਾਨ ਹਾਂ,